ਤਸ ਸਿੱਖਾਂ ਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬੜਕੋ ਠੀਕ ਹੋਵੋਗੇ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਅਪਡੇਟ ਲੈ ਕੇ ਆਇਆ ਰਾਜੇ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਮੈਸੇਜ ਆਉਣ ਤੇ ਕਾਲ ਸੌਂਦੇ ਵੀਡੀਓ ਬਣਾਉਣ ਦੀ ਲੋੜ ਪਈ ਹੈ ਦੇਖੋ ਕੋਈ ਵੀ ਵੀਡੀਓ ਦੇ ਰਾਜੇ ਤੁਹਾਡੇ ਕੈਂਡੀਡੇਟਾਂ ਇਸਪਾਰਸ ਦੀ ਬਣਾਈ ਜਾਂਦੀ ਹੈ ਠੀਕ ਹੈ ਤੇ ਅੱਜ ਰਾਜੇ ਤੁਹਾਡੀ ਇੱਕ ਕਰੰਟ ਅਫੇਅਰ ਦੀ ਕਲਾਸ ਵੀ ਅਪਲੋਡ ਹੋਣੀ ਹੈ 15 ਦਿਨਾਂ ਦੇ ਕਰੰਟ ਅਫੇਅਰ ਤੁਹਾਡੇ ਉਹਦੇ ਚ ਅਪਲੋਡ ਹੋਣਗੇ ਅੱਜ ਠੀਕ ਹੈ ਤੇ ਜੇ ਕੋਈ ਕੈਂਡੀਡੇਟ ਉਹ ਲਾਉਣਾ ਚਾਹੁੰਦਾ ਲੈਕਚਰ ਤਾਂ ਉਹ ਤੁਹਾਡੀ 2-3 ਘੰਟੇ ਤੱਕ ਤੇ ਉਥੋਂ ਤੁਸੀਂ ਲਗਾ ਸਕਦੇ ਹੋ ਕੰਟੈਕਟ ਫਿਰ ਦੀ ਕਲਾਸ ਠੀਕ ਹੈ ਜੀ ਤੇ ਬਾਕੀ ਜੇ ਕੋਈ ਕੈਂਡੀਡੇਟ ਸਾਨੂੰ ਦੱਸੇ ਕਿ ਬੈਚ ਪਰਚੇਜ਼ ਕਰਨਾ ਚਾਹੁੰਦਾ ਉਹ ਆਪਣੀ ਐਪ ਤੋਂ ਕਰ ਸਕਦਾ ਹੈਗਾ ਐਪ ਦਾ ਨਾਮ ਹੈਗਾ ਦੀਪ ਭੁੱਲਰ এডਿਕੇਸ਼ਨ ਅਰਾ ਠੀਕ ਹੈ ਇਹ ਐਪ ਆਪਣੇ ਪਲੇ ਸਟੋਰ ਦੇ ਥੋਂ ਡਾਊਨਲੋਡ ਕਰਕੇ ਤੁਸੀਂ ਪੰਜਾਬ ਪੁਲਿਸ ਦਾ ਬੈਚ ਲੈ ਸਕਦੇ ਜਿਹਦੇ ਵਿੱਚ ਤੁਹਾਨੂੰ ਫੁੱਲ ਸਿਲੇਬਸ ਮਿਲ ਜਾਊਗਾ ਅਲੱਗ ਤੋਂ ਤੁਹਾਨੂੰ ਕੋਈ ਵੀ ਬੁੱਕ ਜਾਂ ਕਿਤਾਬ ਜਾਂ ਕੁਝ ਵੀ ਲੈਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜਿੰਨਾ ਬੱਚੇ ਕੋਲ ਆਈਫੋਨ ਉਹਨਾਂ ਨੇ ਐਪ ਡਾਊਨਲੋਡ ਕਰ ਲਈਏ ਕਲਾਸ ਪਲੱਸ ਤੇ ਉਹ ਆਰਜੀ ਕੋਡ ਫਿਲ ਕਰਨਾ ਡਬਲ ਐਕਸ ਰੈਮ ਠੀਕ ਹੈ ਜੀ 78 ਏਕੜ 48 85 915 ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਜਿਹਦੇ ਵਿੱਚ ਜਿਹਦੇ ਵਿੱਚ 78 ਏਕੜ 48 85 915 ਇਹਦੇ ਵਿੱਚ ਰਾਜੇ ਤੁਹਾਡੇ ਕੋਲੇ ਪੰਜਾਬ ਪੁਲਿਸ ਵੀਡੀਓ ਚੌਂਕੀਦਾਰ ਜਿਹੜੀ ਪੰਜਾਬ ਹਾਈ ਕੋਰਟ ਵਿੱਚ ਸਾਡੇ ਦੇ ਕੋਰਸ ਨੂੰ ਵਿੱਚ ਪ੍ਰੋਵਾਈਡ ਹੋ ਜਾਣਗੀ ਅੱਜ ਰਾਜੇ ਜਿਹੜੀ ਜ਼ਰੂਰੀ ਗੱਲ ਕਰਨ ਜਾ ਰਹੇ ਹਾਂ ਉਹ ਗੱਲ ਕਰਨ ਜਾ ਰਹੇ ਹਾਂ ਇਹ ਚੀਜ਼ ਨੂੰ ਲੈ ਕੇ ਤੁਹਾਨੂੰ ਪਤਾ ਕਿ ਹਫ਼ਤੇ ਦਾ ਦੇਣਾ 15 ਦਿਨਾਂ ਦੇ ਵਿੱਚ ਇਹ ਭਰਤੀ ਅਨਾਉਂਸ ਹੋ ਚੁੱਕੀ ਹੈ ਤੇ ਇਹਦਾ ਆਲ ਐਂਡ ਪੋਰਟਰ ਜਲਦੀ ਹੀ ਸ਼ੁਰੂ ਹੋ ਜਾਣੀ ਆ ਉਹ ਤਾਂ ਕਰਕੇ ਰੁਕਿਆ ਹੋਇਆ ਕੰਮ ਕਿਉਂਕਿ ਅਜੇ ਪ੍ਰਾਣੀਆਂ ਭਰਤੀਆਂ ਦਾ ਪ੍ਰੋਸੈਸ ਥੋੜਾ ਜਿਹਾ ਲੇਟ ਹੋ ਗਿਆ ਉਹ ਚੱਲ ਰਿਹਾ ਹੈਗਾ ਠੀਕ ਹੈ ਤਾਂ ਜਿਹੜੇ ਕੋਈ ਕਿਹੜੇ ਨਵੇਂ ਆਪਣੇ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਆ ਇੰਸਟਾਗ੍ਰਾਮ ਤੇ ਆਪਣੀ ID ਹੈਗੀ ਹੈ ਪੁੱਲਰ 3518 ਤੇ ਰਾਜੇ ਹੋਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਪੁਲਿਸ ਦੇ ਵਿੱਚ ਭਰਤੀ ਲਈ ਕਿਹੜੇ ਡਾਕੂਮੈਂਟ ਦੀ ਲੋੜ ਪਵੇਗੀ ਬਹੁਤ سارے ਬੱਚਿਆਂ ਨੇ ਪ੍ਰੈਸ਼ਰ ਹੁੰਦਾ ਕਿ ਅਸੀਂ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਜੀ ਸਾਨੂੰ ਭਰਤੀ ਹੋਣ ਵਾਸਤੇ ਠੀਕ ਹੈ ਕਿ ਬਾਅਦ ਵਿੱਚ ਬਹੁਤ ਬੱਚਿਆਂ ਨੂੰ ਅਜਿਹੀ ਪ੍ਰ ਸਭ ਤੋਂ ਪਹਿਲਾਂ ਤਾਂ ਆਪਣੇ ਸਾਰੇ ਜ਼ਰੂਰੀ ਕਾਗਜ਼ ਪਹਿਲਾਂ ਹੀ ਆਪਣੇ ਕੋਲ ਰੱਖੋ ਫਾਰਮ ਭਰਨ ਲਈ ਇਹ ਜ਼ਰੂਰੀ ਸਰਟੀਫਿਕੇਟ ਕੈਂਡੀਡੇਟ ਕੋਲੇ ਹੋਣੇ ਚਾਹੀਦੇ ਹਨ ਪੰਜਾਬ ਪੁਲਿਸ ਦੇ ਭਰਤੀ ਹੋਣ ਵਾਲੇ ਕੈਂਡੀਡੇਟ ਇਹ ਡਾਕੂਮੈਂਟ ਤਿਆਰ ਰੱਖਣ ਜੇ ਕਿਸੇ ਕੈਂਡੀਡੇਟ ਦਾ ਆਧਾਰ ਕਾਰਡ ਜਾਂ ਹੋਰ ਦਸਤਾਵੇਜ਼ ਤੇ ਨਾਮ ਗਲਤ ਹੈ ਉਹ ਵੀ ਸਹੀ ਕਰਵਾ ਲਵੇ ਹੋਰ ਤੁਹਾਨੂੰ ਦੱਸੂਗਾ ਸਾਰੀ ਡਿਟੇਲ ਦੇ ਵਿੱਚ ਵੀਡੀਓ ਨੂੰ ਧਿਆਨ ਨਾਲ ਦੇਖਣਾ ਸਕਿਪ ਨਹੀਂ ਕਰਨੀ ਰਾਜੇ ਠੀਕ ਹੈ ਇੱਕ ਗੱਲ ਹੋਰ ਜੇ ਮੈਂ ਧਿਆਨ ਨਾਲ ਸੁਣ ਲੈਣ ਸਾਰੇ ਕੈਂਡੀਡੇਟ ਠੀਕ ਹੈ ਹੁਣ ਤਾਂ ਇਹ ਰੈਗੂਲਰ ਕਲਾਸਾਂ ਸ਼ੁਰੂ ਕਰਾਂਗੇ YouTube ਤੇ ਵੀ ਤੇ ਐਪ ਤੇ ਵੀ ਠੀਕ ਹੈ ਥੋੜੇ ਦਿਨਾਂ ਤੱਕ ਤੇ ਰੈਗ ਸਸਤੀ ਕਿਤੇ ਕੋਈ ਕਮੀ ਨਹੀਂ ਤਾਂ ਕਰਕੇ ਥੋੜਾ ਟਾਈਮ ਲੱਗ ਰਿਹਾ ਸੀ ਠੀਕ ਤੇ ਹੁਣੇ ਗੱਲ ਦਾ ਧਿਆਨ ਰੱਖਿਓ ਤੁਹਾਨੂੰ ਜਲਦੀ ਹੀ ਨਵੇਂ ਲੈਕਚਰ YouTube ਤੇ ਵੀ ਤੇ ਐਪ ਤੇ ਵੀ ਮਿਲਿਆ ਕਰਨਗੇ ਠੀਕ ਹੈ ਤੇ ਜਰੂਰ ਤੁਸੀਂ ਜੁਆਇਨ ਕਰਨਾ ਤੇ ਬਹੁਤ ਵਧੀਆ ਤਰੀਕੇ ਨਾਲ ਲਾਵਾਂਗੇ ਆਪਾਂ ਲੈਕਚਰ ਤੇ ਬਹੁਤ ਨਵੇਂ ਨਵੇਂ ਤਕਨੀਕਾਂ ਲੈ ਕੇ ਨਵੇਂ ਨਵੇਂ ਮੈਥਡ ਲੈ ਕੇ ਆਵਾਂਗੇ ਠੀਕ ਹੈ ਹੁਣ ਦੇਖੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਜਿਹੜੇ ਕੈਂਡੀਡੇਟ ਨੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾਗਾ ਉਹਨਾਂ ਕੋਲੇ 12ਵੀਂ ਦਾ ਸਰਟੀਫਿਕੇਟ ਹੋਣਾ ਸਭ ਤੋਂ ਜ਼ਿਆਦਾ ਲਾਜ਼ਮੀ ਹੈਗਾ ਠੀਕ ਹੈ 12ਵੀਂ ਸਰਟੀਫਿਕੇਟ ਤੁਹਾਡੇ ਕੋਲੇ ਹੋਣੀ ਚਾਹੀਦਾ ਹੈ ਕਾਂਸਟੇਬਲ ਦੀ ਗੱਲ ਕਰਦਾ ਦੂਜੇ ਕੋਲੇ ਬੀਏ ਦਾ ਹੋਣਾ ਚਾਹੀਦਾ ਗ੍ਰੈਜੂਏਸ਼ਨ ਕਿਸੇ ਵੀ ਸਟਰੀਮ ਚ ਹੋਵੇ ਨੰਬਰ ਦੂਸਰੀ ਜਿਹੜੀ ਗੱਲ ਹੈਗੀ ਇਹ ਰਾਜੇ ਉਹ ਧਿਆਨ ਨਾਲ ਸੁਣੋ ਦੂਸਰੀ ਹੈਗੀ ਕੈਟਾਗਰੀ ਵਾਲੇ ਬੱਚਿਆਂ ਵਾਸਤੇ ਠੀਕ ਹੈ ਕੈਟਾਗਰੀ ਵਾਲੇ ਬੱਚਿਆਂ ਵਾਸਤੇ ਕੈਟਾਗਰੀ ਵਾਲੇ ਬੱਚਿਆਂ ਵਾਸਤੇ ਕਿਵੇਂ ਹੈ ਜਿਹੜੇ ਬੱਚੇ ਦਾ ਹੈਗੇ ਜਨਰਲ ਕੈਟਾਗਰੀ ਨਾਲ ਸੰਬੰਧ ਤਾਂ ਉਹਨਾਂ ਨੂੰ ਤਾਂ ਕਿਸੇ ਵੀ ਕੈਟਾਗਰੀ ਸਰਟੀਫਿਕੇਟ ਦੀ ਲੋੜ ਨਹੀਂ ਹੈਗੀ ਆਦਰ ਜਿੰਨੀਆਂ ਵੀ ਕੈਟਾਗਰੀਆਂ ਵਿੱਚ ਐਸਸੀ ਹੋ ਗਿਆ ਐਸਟੀ ਹੋ ਗਿਆ ਕੋਈ ਫੌਜੀ ਕੋਟਾ ਆ ਗਿਆ ਕੋਈ ਐਮਬੀ ਹੋ ਗਿਆ ਠੀਕ ਹੈ ਕੋਈ ਓਬੀਸੀ ਹੋ ਗਿਆ ਜਾਂ ਈਡਬਲਯੂਐਸਓ ਹੋ ਗਿਆ ਇਹਨਾਂ ਨੂੰ ਸਰਟੀਫਿਕੇਟ ਦੀ ਲੋੜ ਪੈਣੀ ਆ ਬਣਾਉਣ ਦੀ ਠੀਕ ਹੈ ਇਹਨਾਂ ਕੋਲ ਨਵੇਂ ਸਰਟੀਫਿਕੇਟ ਹੋਣੇ ਚਾਹੀਦੇ ਪੰਜ-ਪੰਜ ਸਾਲ ਦੀ ਲਿਮਟ ਹੁੰਦੀ ਹੈ ਇਹਨਾਂ ਦੀ ਤੇ ਈਡਬਲਯੂਐਸਓ ਦੀ 1 ਸਾਲ ਦੀ ਹੁੰਦੀ ਹੈ ਇਹ ਗੱਲ ਹੋਰ ਹੈ ਜਿਹੜਾ ਈਡਬਲਯੂ ਦਾ ਸਰਟੀਫਿਕੇਟ ਹੈ ਇਹ ਸਿਰਫ ਜਰਨਲ ਕੈਟਾਗਰੀ ਵਾਲੇ ਸਟੂਡੈਂਟਾਂ ਦਾ ਬਣਦਾ ਹੁੰਦਾ ਹੈਗਾ ਵਿੱਚ ਬਹੁਤ ਬੱਚੇ ਐਸਸੀ, ਬੀਸੀ, ਓਬੀਸੀ ਇਹ ਕੈਂਡੀਡੇਟ ਵੀ ਈਡਬਲਯੂਐਸਰ ਸਰਟੀਫਿਕੇਟ ਬਣਾਈ ਬੈਠੇ ਆ ਭਾਈ ਬਾਅਦ ਵਿੱਚ ਛੋਟੇ ਟੈਨ ਇਨਕੁਆਰੀਆਂ ਬੈਠਣਗੀਆਂ ਤੇ ਫੇਰ ਨਾ ਕਿ ਉਹ ਕਿਸੇ ਬੱਚੇ ਦਾ ਨੁਕਸਾਨ ਹੋ ਗਿਆ ਮੈਂ ਪਹਿਲਾਂ ਦੱਸਦਾ ਇੱਕ ਦੋ ਬੱਚੇ ਦਾ ਮੇਰੇ ਕੰਟੈਕਟ ਦੇ ਵਿੱਚ ਜਿਨ੍ਹਾਂ ਨੂੰ ਹੋਈ ਹੈ ਇਹ ਚੀਜ਼ ਉਹਨੇ ਹੋਣੀ ਠੀਕ ਆ ਬੱਚਾ ਇੱਕ ਐਸਸੀ ਨਾਲ ਸੰਬੰਧਤ ਸੀ ਇੱਕ ਓਬੀਸੀ ਨਾਲ ਸਰਟੀਫਿਕੇਟ ਉਹ ਈਡਬਲਯੂਐਸਰ ਨੇ ਬਣਾਈ ਬੈਠੇ ਸੀ ਤਾਂ ਬਹੁਤ ਗਲਤ ਗੱਲ ਹੈ राजे ਇਹਦੀਆਂ ਬਹਿਫਤਾ ਨਾ ਕਰਿਆ ਕਰੋ ਮੈਂ ਤੁਹਾਨੂੰ ਬਹੁਤ ਵਾਰ ਸਮਝਾਉਣਾ ਕਿ ਗਲਤ ਚੀਜ਼ਾਂ ਨਾ ਤੁਸੀਂ ਕਿਸੇ ਨੂੰ ਸੁਣਿਆ ਕਰੋ ਤੁਸੀਂ ਸਿਰਫ ਆਪਣ ਇਸ ਤੋਂ ਬਾਅਦ ਇਹ ਰਾਜੇ ਜੇਕ ਤੁਹਾਡੇ ਕੋਲੇ ਮਤਲਬ 12ਵੀਂ ਦਾ ਸਰਟੀਫਿਕੇਟ ਹੈ ਤੇ ਇੱਕ ਤੁਹਾਡਾ 10ਵੀਂ ਦਾ ਸਰਟੀਫਿਕੇਟ ਹੈ ਤੁਹਾਡਾ ਆਧਾਰ ਕਾਰਡ ਹੈ ਠੀਕ ਹੈ ਇਹਦੇ ਸਾਰੇ ਆਧਾ 10ਵੀਂ ਦਾ 12ਵੀਂ ਦਾ ਆਧਾਰ ਕਾਰਡ ਇਹਨਾਂ ਸਾਰਿਆਂ ਦੇ ਤੁਹਾਡਾ ਨਾਮ ਠੀਕ ਹੈ ਤੁਹਾਡੇ ਪੇਰੈਂਟਸ ਦਾ ਨਾਮ ਫਾਦਰ ਮਦਰ ਤੁਹਾਡੇ ਉਹਨਾਂ ਦਾ ਨਾਮ ਤੁਹਾਡੀ ਡੇਟ ਆਫ ਬਰਥ ਇਹ ਚੀਜ਼ਾਂ ਜਿਹੜੀਆਂ ਇੱਕੂ ਡਾਕੂਮੈਂਟ ਤੇ ਆ ਉਹੀ ਇਹ ਸਾਰੇ ਡਾਕੂਮੈਂਟ ਤੇ ਹੋਣੀਆਂ ਚਾਹੀਦੀਆਂ ਹਨ ਇਹਨੇ ਹੋਵੇ 12ਵੀਂ ਸਾਡੇ ਬੱਚੇ ਦੀ ਥੋੜੀ ਡੇਟ ਆਫ ਬਰਥ ਹੋ ਰਹਾ 10ਵੀਂ ਤੇ ਹੋ ਰਹਾ ਤੇ ਜਿਹੜਾ ਤੁਸੀਂ ਫਾਰਮ ਆਧਾਰ ਕਾਰਡ ਤੇ ਹੋ ਰਹਾ ਜੇਕਰ ਤੁਹਾਡੇ ਕਿਸੇ ਇੱਕ ਡਾਕੂਮੈਂਟ ਤੇ ਵੀ ਤੁਹਾਡੀ ਕੋਈ ਡੇਟ ਆਫ ਬਰਥ ਗਲਤਾਂ ਦਾ ਭਾਈ ਸਾਹਿਬ ਉਹਨੂੰ ਹੁਣੇ ਠੀਕ ਕਰਵਾ ਲਓ ਹੁਣ ਤੁਹਾਡੇ ਕੋਲ ਟਾਈਮ ਹੈਗਾਗਾ ਠੀਕ ਹੈ ਹੁਣ ਤੁਹਾਡੇ ਕੋਲ ਟਾਈਮ ਹੈਗਾ ਡਾਕੂਮੈਂਟ ਗਲਤ ਨਹੀਂ ਹੋਣਾ ਜੇ ਦਾ ਬਾਅਦ ਵਿੱਚ ਵੈਰੀਫਿਕੇਸ਼ਨ ਬਾਰੇ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਬੱਚੇ ਰਿਜੈਕਟ ਵੀ ਹੋ ਸਕਦੇ ਆ ਠੀਕ ਹੈ ਦੂਸਰੀ ਚੀਜ਼ ਇਹ ਹੈ ਕਿ ਆਵਰੇ ਨਾਮ ਸਾਰਾ ਕੁਝ ਤੁਹਾਡਾ ਸਹੀ ਕਰਵਾ ਲਓ ਤੁਸੀਂ ਠੀਕ ਹੈ ਨੰਬਰ 4 ਤੇ ਜਿਹੜਾ ਸਭ ਤੋਂ ਲਾਸਟ ਹੈ ਉਹ ਹੈਗਾ ਨਾ ਜੀ ਇਹ ਕਿ ਤੁਹਾਨੂੰ ਪੇਪਰ ਵਾਸਤੇ ਵੱਧ ਤੋਂ ਵੱਧ 3 ਮਹੀਨੇ ਜਾਂ 4 ਮਨთ ਮਿਲਣਗੇ ਤਿਆਰੀ ਕਰਨ ਵਾਸਤੇ ਠੀਕ ਹੈ ਤੇ ਇਹ ਹੀ ਗੱਲ ਕਹਿਣਾ ਚਾਹੁੰਦਾ ਕਿ ਅੱਜ ਤੋਂ ਹੀ ਆਪਦੀ ਤਿਆਰੀ ਸ਼ੁਰੂ ਕਰਦੋ ਕਿ ਤਾਂ ਜੋ ਸਾਨੂੰ ਬਾਅਦ ਵਿੱਚ ਪਛਤਾਉਣਾ ਨਾ ਪਵੇ ਠੀਕ ਹੈ ਜਿਹੜੇ ਆਪਣੇ ਬੈਚ ਦਾ ਜੋ 8 ਮਹੀਨੇ ਦੀ ਵੈਲਿਡਿਟੀ ਨਾਲ ਮਿਲ ਰਹੇ ਆ ਠੀਕ ਹੈ ਬੇਸਿਕ ਦਾ ਪੇਪਰ ਸ਼ੇਮੇ ਮਨთ ਦੇ ਵਿੱਚ ਹੋ ਜਾਣਾ ਤਾਂ ਵੀ ਤੁਹਾਨੂੰ 2 ਮਹੀਨੇ ਐਕਸਟਰਾ ਦੇ ਰਹੇ ਆ ਠੀਕ ਹੈ ਤੇ ਜੇ ਕੋਈ ਕੈਂਡੀਡੇਟ 25 ਵਿੱਚ ਕਰਦਾ ਜੇ ਤਾਂ ਕਰ ਸਕਦਾ ਤੇ ਇਹ ਸਾਰਾ ਚੀਜ਼ਾਂ ਰਾਜੇ ਠੀਕ ਹੈ ਹਾਂ ਤੇ 10ਵੀਂ ਦੇ ਵਿੱਚ ਹਰੇਕ ਕੈਂਡੀਡੇਟ ਕੋਲੇ ਪੰਜਾਬੀ ਹੋਣੀ ਲਾਜ਼ਮੀ ਹੈ ਪੰਜਾਬੀ ਦਾ ਵਿਸ਼ਾ ਹੋਣਾ ਲਾਜ਼ਮੀ ਹੈ ਤੇ ਆਪਦੇ ਇਹ ਸਰਟੀਫਿਕੇਟ ਤੁਸੀਂ ਸਾਰੇ ਕੈਂਡੀਡੇਟਾਂ ਨੇ ਆਪਦੇ ਕੋਲੇ ਰੱਖਣੇ ਆ ਠੀਕ ਹੈ ਤੇ ਹੋਰ ਕੋਈ ਦੇ ਵਿੱਚ ਇਸ਼ੂ ਨਹੀਂ ਹੈਗਾ ਮੈਨੂੰ ਇਹਨਾਂ ਸਰਟੀਫਿਕੇਟਾਂ ਦੀ ਲੋੜ ਹੀ ਪੈਂਦੀ ਹੁੰਦੀ ਹੈ ਕਿਉਂਕਿ ਪੱਕੇ ਸਰਟੀਫਿਕੇਟ ਸਕੈਨ ਹੁੰਦੇ ਹੁੰਦੇ ਆ ਤਾਂ ਕਰਕੇ ਤੁਸੀਂ ਜਿੱਦਾਂ ਦਾ ਥੋੜਾ ਜਿਹਾ ਤਾਂ ਰੱਖੋ ਪੱਕੇ ਸਰਟੀਫਿਕੇਟਾਂ ਦਾ ਸਵਾਲ ਕੇ ਰੱਖਿਓ ਠੀਕ ਹੈ ਜੇ ਆਹ ਸਰਟੀਫਿਕੇਟਾਂ ਦੀ ਲੋੜ ਆ ਐਕਸਟਰਾ ਤੁਹਾਨੂੰ ਕੁਝ ਕੰਦੇ ਲੋੜ ਨਹੀਂ ਹੈਗੀ ਠੀਕ ਹੈ ਤੇ ਬਾਕੀ ਜੇ ਕੋਈ ਹੋਰ ਸਰਟੀਫਿਕੇਟ ਘਾੜਾ ਜੀ ਨੇ ਸਰਟੀਫਿਕੇਟ ਸੌਰੀ ਰਾਜ ਇੱਕ ਰਹਿ ਗਿਆ ਇੱਕ ਰੈਜ਼ੀਡੈਂਸ ਰੈਜ਼ੀਡੈਂਸ ਸਰਟੀਫਿਕੇਟ ਹੈ ਉਹ ਦਾ ਰਾਜ ਜੀ ਤੁਹਾਡੇ ਕੋਲ ਨਵਾਂ ਹੋਣਾ ਚਾਹੀਦਾ ਪੱਕ ਟੁਕਟ 5 ਸਾਲ ਪੁਰਾਣਾ ਨਾ ਹੋਵੇ ਠੀਕ ਹੈ 5 ਸਾਲਾਂ ਤੱਕ ਵੈਲਿਡ ਹੁੰਦਾ ਹੈ ਇਹ ਰੈਜ਼ੀਡੈਂਸ ਦਾ ਇਸ ਨੂੰ ਡੋਮਿਸਲ ਕਹਿੰਦੇ ਆ ਡੋਮਿਸਲ ਵੀ ਇਸ ਨੂੰ ਕਹਿੰਦੇ ਵਿੱਚ ਬਹੁਤ ਬੱਚੇ ਕਹਿੰਦੇ ਇਸ ਡੋਮਿਸਲ ਦਾ ਬਣਾਈ ਕਿ ਰੈਜ਼ੀਡੈਂਸ ਦਾ ਬਣਾਈਏ ਦੋਨੇ ਇੱਕ ਹੀ ਸਰਟੀਫਿਕੇਟ ਹੈ ਇਹ ਨਾਮ ਅਲੱਗ ਲੱਗਾ ਰੈਜ਼ੀਡੈਂਸ ਅਲੱਗ ਹੈ ਤੇ ਟੋਮਿਸਿਲ ਅਲੱਗ ਹੈ ਠੀਕ ਹੈ ਇਹ ਤੁਸੀ ਇੱਕ ਸਰਟੀਫਿਕੇਟ ਹੀ ਬਣਾ ਇੱਕ ਹੀ ਹੁੰਦਾ ਇਹ ਚਾਹੀਦਾ ਦੱਸਣਾ ਹੁੰਦਾ ਕਿ ਅਸੀਂ ਪੰਜਾਬ ਦੇ ਮਤਲਬ ਰਹਿਣ ਵਾਲੇ ਆ ਤਾਂ ਇਹ ਸਰਟੀਫਿਕੇਟ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੁੰਦਾਗਾ ਠੀਕ ਹੈ ਕਿਉਂਕਿ ਜੁਆਇਨਿੰਗ ਲਈ ਇਹਨਾਂ ਦੀ ਲੋੜ ਪੈਂਦੀ ਤਾਂ ਕਰਕੇ ਆਪਰੇ ਡਾਕੂਮੈਂਟ ਪਹਿਲੀ ਬਣਾ ਕੇ ਰੱਖੋ ਬਾਅਦ ਵਿੱਚ ਕਿਉਂਕਿ ਸੋਡਾ ਫੋਕਸ ਕਰਨਾ ਪੜਾਈ ਵੱਲ ਹੋਣਾ ਚਾਹੀਦਾਗਾ ਬਾਅਦ ਵਿੱਚ ਕੀ ਹੁੰਦਾ ਜੇ ਉਹ ਆਪਣੇ ਕੋਈ ਡਾਕੂਮੈਂਟ ਦੇ ਵਿੱਚ ਫਾਲਟ ਹੋਵੇ ਫਿਰ ਬੱਚੇ ਨੂੰ ਡਰ ਲੱਗਿਆ ਰਹਿੰਦਾ ਯਾਨੀ ਕਿ ਆਪਾਂ ਤਿਆਰੀ ਵੀ ਕਰੀ ਜਾਂਦੇ ਆ ਤੇ ਕੱਲ ਨੂੰ ਕੋਈ ਇਹਦੇ ਤੇ ਕੋਈ ਆਬਜੈਕਸ਼ਨ ਨਾ ਲੱਗੇ ਤਾਂ ਕਰਕੇ ਆਬਜੈਕਸ਼ਨ ਤੋਂ ਬਚਣ ਦੇ ਬਾਸਤੀ ਮੈਂ ਤਾਂ ਉਹਨੂੰ ਨਵੇਂ ਸਮੇਂ-ਸਮੇਂ ਦੇ ਚੀਜ਼ਾਂ ਲੈ ਕੇ ਆਉਣਾ ਹੁਣ ਇੱਕ ਬੱਚੇ ਨੇ ਅੱਜ ਫੋਨ ਕੀਤਾ ਕਹਿੰਦਾ ਜੀ ਮੈਂ ਸਫਾਈ ਸੇਵਕਾਂ ਦੀ ਭਰਤੀ ਭਰਨੀ ਸੀ ਤੇ ਮੈਂ ਡਰ ਗਿਆ ਕਿ ਉਹਨੂੰ ਪਤਾ ਨਹੀਂ ਲੱਗਿਆ ਰਾਜੇ ਤੁਹਾਨੂੰ ਬਹੁਤ ਵਾਰੀ ਕਹਿਣਾ ਹੁੰਦਾ ਕਿ ਇੱਕ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਓ ਇੱਕ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਕੋਈ ਵੀ ਵੀਡੀਓ ਬਣਾਉਣਾ ਇੱਕ ਵਾਰੀ ਜ਼ਰੂਰ ਦੇਖ ਲੈਣਾ ਕਰੋ ਠੀਕ ਹੈ ਕੋਈ ਵੀ ਵੈਕੈਂਸੀ ਉਹਦੇ ਬਾਅਦ ਵਿੱਚ ਤੁਸੀਂ ਪਸਟ ਕਰੋ ਉਹ ਜਿਹੇ ਮੌਕੇ ਰੋ-ਰੋਜ਼ ਨਹੀਂ ਹੁੰਦੇ ਹੁੰਦੇ ਬਾਕੀ ਜਿਹੜੀ ਵੈਕੈਂਸੀ ਆਪਾਂ ਪਾਉਨੇ ਹਮੇਸ਼ਾ ਰੀਅਲ ਹੁੰਦੀ ਹੈ ਕਦੇ ਵੀ ਆਪਾਂ ਫੇਕ ਵੈਕੈਂਸੀ ਨਹੀਂ ਪਾਈ ਆਪਣੇ ਚੈਨਲ ਤੇ ਤਾਂ ਆਹ ਸਾਡੀ ਵੀਰ ਤੁਸੀਂ ਬਣਾ ਕੇ ਰੱਖੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਹਰੇਕ ਚੀਜ਼ ਦੀ ਅਪਡੇਟ ਆਉਂਦੀ ਰਹੇ ਧੰਨਵਾਦ ਹੈ ਮੇਰੇ ਦੋਸਤੋ ਜਿਉਂਦੇ ਬਾਦ ਦੇ ਦਿਓ ਜੇ ਕਿਸੇ ਕੰਡਿਡੇਟ ਨੂੰ ਫੇਰ ਵੀ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਕਮੈਂਟ ਕਰਕੇ ਪੁੱਛ ਸਕਦਾ ਧੰਨਵਾਦ